श्रीकाल जी सारयां नूं। अज गल करांगे ट्रैक्टर नवे लॉन्च होने जी महिंद्रा दे ते स्वराज दे। हुण आ रहे आ 2023 च स्वराज दे दो आ गए। दसदिआं तुहानूं किहड़े किहड़े लॉन्च होने आ। बाकी जिहड़े भरा वीडियो देखदे आ धन्नवाद उहनां दा। वीडियो चैनल सबसक्राइब करदे आ, लाइक करदे आ, वीडियो शेयर करदे आ, कमेंट करदे आ, सारयां दा बहुत बहुत धन्नवाद। ਵੱਧ ਤੋਂ ਵੱਧ ਬਸ ਵੀਡੀਓ ਪੂਰੀ ਦੇਖਿਆ ਕਰੋ ਬਾਈ ਜੀ ਬਣ ਕੇ। ਚਲੋ ਕਰਦੇ ਹਾਂ ਜੀ ਸਟਾਰਟ ਵੀਡੀਓ ਫਿਰ ਵੀ ਕਿਹੜੇ ਕਿਹੜੇ ਆ ਰਹੇ ਆ ਟਰੈਕਟਰ ਮਹਿੰਦਰਾ ਦੇ। ਇਹ ਜੀ ਓਜਾ ਸੀਰੀਜ਼ ਇਹਨੇ ਸਟਾਰਟ ਕੀਤੀ ਆ ਨਵੀਂ, ਜਿਵੇਂ ਪਹਿਲਾਂ ਦੀ ਅਰਜਨ ਸੀ ਆ ਨੋਵੋ, ਜੂਵੋ, ਜੀਵੋ, ਇਸ ਤਰ੍ਹਾਂ ਓਜਾ ਸੀਰੀਜ਼ ਇਹਨੇ ਨਵੀਂ ਲਾਂਚ ਕੀਤੀ ਆ ਮਹਿੰਦਰਾ ਓਜਾ ਟਰੈਕਟਰ ਬ੍ਰੈਂਡ। ਇਹ ਨਵੀਂ ਸੀਰੀਜ਼ ਆਉਣੀ ਆ ਜੀ ਗਾਹਾਂ ਇਸ ਸਾਲ 'ਚ ਹੀ ਇਹ ਨਵੀਂ ਆਉਣੀ ਆ। ਇਹ ਲਾਂਚ ਕਰਨਗੇ 20 ਤੋਂ ਲੈ ਕੇ 70 HP ਤੱਕ ਟਰੈਕਟਰ ਲਾਂਚ ਕਰਨੇ ਇਹਨਾਂ ਨੇ। 20 ਤੋਂ ਲੈ ਕੇ 70 ਤੱਕ ਘੱਟੋ ਘੱਟ 40 ਮਾਡਲ ਇਹ ਐਮਿਸ਼ਨ ਨੋਰਮਸ ਨੂੰ ਪਾਸ ਕਰਦੇ ਹੋਣਗੇ। ਯੂਟੀਲਿਟੀ ਟਰੈਕਟਰ ਆ ਇਹ, ਹਰੇਕ ਚੀਜ਼ ਇਹਨਾਂ ਨਾਲ ਜੋੜ ਸਕਦੇ ਹਾਂ ਆਪਾਂ ਅਤੇ ਹਰੇਕ ਚੀਜ਼ ਇਹਨਾਂ ਨਾਲ ਜੋੜ ਸਕਦੇ ਹਾਂ। 40 ਮਾਡਲ ਆਉਣੇ ਆ ਇਹਨਾਂ ਦੇ ਘੱਟੋ ਘੱਟ K2 ਸੀਰੀਜ਼, ਮਤਲਬ ਐਮਿਸ਼ਨ ਨੋਰਮਸ ਨੂੰ ਇਹ ਪਾਸ ਕਰਨਗੇ। ਵਾਤਾਵਰਨ ਮਤਲਬ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ। ਮਹਿੰਦਰਾ ਓਜਾ ਟਰੈਕਟਰ ਸੀਰੀਜ਼ 'ਚ ਆਉਣੇ ਆ ਇਹ। K2 ਦੇ ਅਨੁਸਾਰ ਤਿਆਰ ਕੀਤੇ ਗਏ ਆ। 4 ਪਲੇਟਫਾਰਮਾਂ 'ਚ ਇਹ ਤਿਆਰ ਮਤਲਬ ਕੀਤੇ ਆ, 4 ਸ਼੍ਰੇਣੀਆਂ 'ਚ ਵੰਡੇ ਗਏ ਆ ਇਹ 40 ਮਾਡਲ। ਇਹ ਇੰਡੀਆ, ਅਮੈਰੀਕਾ, ਜਪਾਨ, ਦੱਖਣੀ ਏਸ਼ੀਆ, ਪੂਰਬੀ ਏਸ਼ੀਆ 'ਚ ਮਤਲਬ ਇਹ ਵਿਕਣਗੇ, ਇਹ ਸੇਲ ਹੋਊਗੀ ਇਹਨਾਂ ਦੀ। ਇਹ 4 ਕੰਟਰੀਆਂ 'ਚ ਇਹਨਾਂ ਦੀ ਇਹ 4 ਸ਼੍ਰੇਣੀਆਂ 'ਚ ਵੰਡੇ ਗਏ ਆ ਜੀ 4 'ਚ। ਪਹਿਲਾਂ ਸਬ ਕੰਪੈਕਟ ਆ ਗਈ, ਸਬ ਕੰਪੈਕਟ 20 ਤੋਂ 25 HP ਦਾ ਟਰੈਕਟਰ ਆ ਜਾਂਦਾ ਇਹਦੇ 'ਚ ਪਹਿਲੀ ਸ਼੍ਰੇਣੀ 'ਚ। ਦੂਜੀ 'ਚ ਕੰਪੈਕਟ ਸ਼੍ਰੇਣੀ ਹੈ ਜਿਹੜੀ 21 ਤੋਂ 30 HP ਦਾ ਟਰੈਕਟਰ ਆ ਜਾਂਦਾ ਇਹਦੇ 'ਚ। ਤੀਜੀ ਹੈਗੀ ਸਮਾਲ ਯੂਟੀਲਿਟੀ, ਉਹ 'ਚ 26 ਤੋਂ 40 HP ਦਾ ਟਰੈਕਟਰ ਆਉਂਦਾ ਜੀ ਮਹਿੰਦਰਾ ਦਾ, ਜਿਹੜੇ ਨਵੇਂ ਲਾਂਚ ਹੋਣੇ ਆ। ਚੌਥੀ ਹੈਗੀ ਲਾਰਜ ਯੂਟੀਲਿਟੀ, ਇਹ 'ਚ 45 ਤੋਂ 70 HP ਦੇ ਆਉਂਦੇ ਆ ਟਰੈਕਟਰ ਚੌਥੀ 'ਚ, ਜਿਹੜੀ ਲਾਰਜ ਯੂਟੀਲਿਟੀ ਆ ਇਹਦੇ 'ਚ 45 ਤੋਂ 70। ਆਉਣ ਵਾਲੇ ਸਮੇਂ 'ਚ ਇਹ ਨੂੰ ਦੇਖਦੇ ਹੋਏ ਕਰ ਰਹੇ ਆ ਟਰੈਕਟਰ ਤਿਆਰ। ਆਉਣ ਵਾਲੇ ਸਮੇਂ 'ਚ ਖੇਤੀ ਕਰਨ ਦੇ ਤਰੀਕੇ ਬਦਲ ਜਾਣੇ ਆ, ਬਹੁਤ ਜ਼ਮੀਨਾਂ ਘੱਟ ਰਹੀਆਂ, ਤਰੀਕੇ ਬਦਲ ਜਾਣੇ ਆ, ਉਹੋ ਜਿਹੇ ਮਤਲਬ ਫਿਰ ਸੰਦ ਆਉਣੇ ਆ ਗਾਹਾਂ ਇੱਦੋਂ ਵੀ ਹੋਰ ਟਾਈਪ ਦੇ ਡਿਫਰੈਂਟ। ਉਹਦੇ ਅਨੁਸਾਰ ਇਹ ਤਿਆਰ ਕੀਤੇ ਗਏ ਆ ਯੂਟੀਲਿਟੀ ਟਰੈਕਟਰ। ਹਰੇਕ ਚੀਜ਼ ਇਹਨਾਂ ਨਾਲ ਆਪਾਂ ਜੋੜ ਸਕਦੇ ਹਾਂ। ਇਹਨਾਂ ਦੇ ਮੂਹਰੇ ਵੀ ਉਹ ਲਾ ਸਕਦੇ ਹਾਂ ਆਪਾਂ ਰੋਟਾਵੇਟਰ, ਜਿਵੇਂ ਮਗਰ ਆਪਾਂ ਸ਼ਾਫਟ ਚੱਲਦੀ, ਇਹਦੇ ਮੂਹਰੇ ਵੀ 4x4 ਟੂ ਵੀਲ ਵੀ ਹੋਣਗੇ, ਛੋਟੇ ਤੋਂ ਲੈ ਕੇ ਵੱਡੇ ਤੱਕ ਇਹ ਲੈ ਸਕਦੇ ਹਾਂ ਆਪਾਂ। ਇਹ ਮਿਤਸੂਬਿਸ਼ੀ ਨਾਲ ਇਹਨਾਂ ਨੇ ਕੀਤਾ ਵਾ ਆਪਦਾ ਮਤਲਬ, ਮਹਿੰਦਰਾ ਅਤੇ ਮਿਤਸੂਬਿਸ਼ੀ ਦਾ ਆਪਸ 'ਚ ਇਹਨਾਂ ਦਾ ਹੈਗਾ ਵਾ ਕੰਟੈਕਟ, ਦੋ ਆਪਸ 'ਚ ਰਲ ਕੇ ਇਹ ਮਤਲਬ ਤਿਆਰ ਕਰ ਰਹੇ ਆ ਟਰੈਕਟਰ। ਹਾਂ, ਲਾਈਟ ਵੇਟ ਟਰੈਕਟਰ ਆ ਇਹ, ਜਾਣੀ ਕਿ ਜਪਾਨ ਅਤੇ ਚੇਨਈ ਦੇ ਇਹ ਰਿਸਰਚ ਸੈਂਟਰਾਂ 'ਚ ਨਹੀਂ ਰਿਸਰਚ ਚੱਲੀ ਆ ਮਿਤਸੂਬਿਸ਼ੀ ਨਾਲ ਰਲ ਕੇ, ਅਤੇ ਚੇਨਈ ਅਤੇ ਜਪਾਨ ਦੇ ਰਿਸਰਚ ਸੈਂਟਰ ਇਹਦਾ ਕੰਮ ਚੱਲਦਾ। ਜ਼ਹੀਰਾਬਾਦ ਪਲਾਂਟ ਆਪਣੇ ਤੇਲੰਗਾਨਾ ਸਟੇਟ 'ਚ, ਉੱਥੇ ਇਹ ਬਣਨੇ ਆ ਤੇਲੰਗਾਨਾ ਸਟੇਟ 'ਚ ਜ਼ਹੀਰਾਬਾਦ ਪਲਾਂਟ 'ਚ ਹੋਣਾ ਇਹਨਾਂ ਦਾ ਨਿਰਮਾਣ। 1 ਲੱਖ ਤੋਂ ਵੱਧ ਟਰੈਕਟਰ ਬਣਦਾ ਉੱਥੇ ਸਾਲ 'ਚ, 1 ਲੱਖ ਤੋਂ ਜ਼ਿਆਦਾ, 30 ਤੋਂ ਲੈ ਕੇ 100 HP ਤੱਕ ਦਾ ਟਰੈਕਟਰ ਤਿਆਰ ਕਰਦੇ ਆ ਉੱਥੇ, ਅਤੇ 40 ਤੋਂ ਵੱਧ ਦੇਸ਼ਾਂ 'ਚ ਵੇਚਦੇ ਆ ਇਹ ਟਰੈਕਟਰ ਜਿਹੜਾ ਉੱਥੇ ਬਣਦਾ 40 ਤੋਂ ਜ਼ਿਆਦਾ ਦੇਸ਼ਾਂ 'ਚ। ਅਤੇ ਲਾਂਚ ਹੋਣੇ ਆ ਇਹ 15 ਅਗਸਤ 2023 ਨੂੰ। 2021 ਤੋਂ ਇਹਦਾ ਕੰਮ ਚੱਲ ਰਿਹਾ, 15 ਅਗਸਤ 2023 ਨੂੰ ਲਾਂਚ ਹੋ ਜਾਣੇ ਆ ਇਹ, ਮਤਲਬ ਆ ਜਾਣਗੇ ਮਾਰਕੀਟ 'ਚ। ਅਤੇ ਜਿਹੜੇ ਸਵਰਾਜ ਦੇ ਲਾਂਚ ਹੋਏ ਆ ਇਹ K2 'ਚ, ਛੋਟੇ ਟਰੈਕਟਰ ਆ 25 ਤੋਂ ਲੈ ਕੇ 29 HP ਤੱਕ ਦੇ ਆ, ਸਪਰੇ ਕਰਨ ਲਈ, ਹੋਰ ਛੋਟੇ ਕੰਮਾਂ ਲਈ ਆ ਉਹ। ਇਹਨਾਂ ਦੇ ਵੀ ਹੌਲੀ ਹੌਲੀ ਹੁਣ ਆਉਣਗੇ ਵੱਡੇ ਟਰੈਕਟਰ ਉਸ ਤਰ੍ਹਾਂ ਦੇ ਯੂਟੀਲਿਟੀ ਗਾਹਾਂ ਆ ਰਹੇ ਆ। ਇਹ ਐਮਿਸ਼ਨ ਨੋਰਮਸ ਨੂੰ ਬਸ ਪੂਰਾ ਕਰਦੇ ਆ ਇਹ, ਵਾਤਾਵਰਨ ਦੇ ਪ੍ਰਤੀ ਸੁਰੱਖਿਅਤ ਨੇ। ਅਤੇ ਤੁਹਾਨੂੰ ਦੱਸਦੇ ਹਾਂ ਹੁਣ ਵੀ ਮਹਿੰਦਰਾ ਨੇ ਕਿਹੜੇ ਸੰਚ ਕਿੰਨੇ ਟਰੈਕਟਰ ਵੇਚੇ। ਪਹਿਲਾਂ 16-17 'ਚ ਵੇਚਿਆ ਇਹਨਾਂ ਨੇ 2,62,992, 17-18 ਸੰਚ ਵੇਚਿਆ 3,17,383 ਟਰੈਕਟਰ, 18-19 'ਚ ਵੇਚਿਆ 3,30,436 ਟਰੈਕਟਰ,
19-20 च जो करोना आया 3,01,915 उदो थोड़ा जहा घट गया, 20-21 च बेचिया 3,54,498 ट्रैक्टर बेचते, फिर वध गए इन्हां दे जाने के 21-22 च 3,54,698 ते 22-23 च तां रिकॉर्ड तोड़ता उदू भी वध बैग गए 4,07,545, पिछले साल नालों 60,000 ट्रैक्टर इन्होंने ज़्यादा बेचता, इन्ना जाने के ट्रैक्टर इन्हों का बिकया वा। तो जेडे मेरे भरा ने हूँ गाह लगता अरादा लेना वा भी ट्रैक्टर ये आ जाने अगह अगस्त कि महीना तो एक रह गया आही वो लै सकता, देख के जे किसी चाहवान हैगा कोई तो जरूर देख के लवो। ये बस नवी सीरी चलनी है इन्हों की, जिमें पहला जूबो नोवो जीवो अर्जन ये चलना, महिंद्रा ओजा ट्रैक्टर ब्रांड नवी सीरीज ये सारे ये सीरीज आने घट्टो घट 40 मॉडल आने नवे 40-40 मॉडल अड्डो अड्ड एच पी अड्डो अड्ड श्रेणिया आने तो बहर भी इन्होंने बेचने आ जापान अमेरिका पूर्वी एशिया दक्षणी एशिया कंट्रियां जे इन्होंने इन्होंने सेल करनी आ जो जे बहरले ट्रैक्टर अपना देखते होंगे बस वह जे सेम बना देने इन्होंने स्वराज भी कर रहा तरक्की वह भी बस मगर ही बना रहे ट्रैक्टर योजे आए लो स्वराज के भी ये दोनों च पूरा कॉम्पीटिशन है चाहे महिंद्रा एंड महिंद्रा इसलिए पर इन्हों पूरा कॉम्पीटिशन आ दोनों च आपस कोई लैंड मतलब है नहीं इन्हों का रोक टोक नहीं है तो स्वराज आपका आजाद काम करती है महिंद्रा आपका एक दूजे की कापी नहीं करते दोने ये ट्रैक्टर वो आपका काम करते आपका करते कोई इन्ना च है नहीं आपस नहीं तो कापी करनी हो जो जे महिंद्रा दे आते जे स्वराज के कढ़ दें ट्रैक्टर पर नहीं ट्रैक्टर स्वराज के भी हुण तो बहुत वधिया आ गए पहला भी वधिया सी हुण तो होर पूरे चोटी के कढ़ते 969 CRDI भी पूरा वधिया चोटी आ ट्रैक्टर जिहड़ा CRDI आ तेल भी घट खांदा इहदे RPM भी बहुत घट आ ये लो रेटड आ थोड़े चक्कर से पूरा कर जाता आपका वधिया गुड ट्रैक्टर आ। बस उन्होंने ये जानकारी देनी सी भी आ रहे अगह ये ट्रैक्टर जे किसी ने भरा ने लैने हुए तो जरूर एक बार सोचो रोक के लै सकते हो तुसी 15 अगस्त 2023 लॉन्च हो जाने बाकी वीडियो करते हैं हूँ एंड वीडियो चंगी लगी शेयर कर दौ लाइक कर दौ कमेंट करके दस्यो बाकी चैनल सबसक्राइब कर लियो वीडियो जो गलती हो गई तो माफ कर दौ हम नहीं चंगे बुरा नहीं कोई बाकी मिलते हैं जी अगली वीडियो देखने लिए धन्यवाद वाहिगुरू जी का खालसा वाहिगुरू जी की फतेह।